ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੋਪ ਯੂ ਆਰ ਡੂਇੰਗ ਗੁੱਡ ਹੋਪ ਕਰਦਾ ਤੁਸੀਂ ਸਾਰੇ ਆਪਣੇ ਘਰਾਂ ਵਿੱਚ ਵਧੀਆ ਹੋ ਗਏ ਅਤੇ ਅੱਜ ਦੀ ਮੇਰੀ ਜਿਹੜੀ ਵੀਡੀਓ ਆ ਕਾਫੀ ਟਾਈਮ ਬਾਅਦ ਆ ਰਹੀ ਆ ਫਿਰ ਹਫ਼ਤੇ ਡੇਢ ਹਫ਼ਤੇ ਬਾਅਦ ਵੀਡੀਓ ਅਪਲੋਡ ਕਰ ਰਿਹਾ ਨਹੀਂ ਟਾਈਮ ਲੱਗਦਾ ਪਿਆ ਅਤੇ ਟਾਈਮ ਕੀ ਵਿਹਲਾ ਹੀ ਆ ਵੈਸੇ ਤਾਂ ਅਸਲ ਕਾਲਜ ਆਉਣ ਜਾਣ 'ਚ ਟਾਈਮ ਲੱਗ ਜਾਂਦਾ ਅਤੇ ਤਾਂ ਬਿਜ਼ੀ ਥੋੜ੍ਹਾ ਰਹਿ ਜਾਂਦਾ ਅਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇਨਕਰੇਜ ਕਰੂੰਗਾ ਮੋਟੀਵੇਟ ਕਰੂੰਗਾ ਜੋ ਕਿ ਇੱਕ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਮੈਂ ਇੱਥੇ ਦੇਖਿਆ ਕਿ ਮੋਟੀਵੇਸ਼ਨ ਹੀ ਸਭ ਕੁਝ ਆ ਹੋਰ ਕੁਝ ਨਹੀਂ ਇੱਥੇ ਉਹਨਾਂ ਨੂੰ ਸਟਰਗਲ ਕਰਨ ਵਿੱਚ ਹੈਲਪ ਕਰ ਸਕਦਾ ਇੱਕ ਮੋਟੀਵੇਸ਼ਨ ਹੀ ਇੱਦਾਂ ਦੀ ਚੀਜ਼ ਆ ਜਿਹੜੀ ਤੁਹਾਨੂੰ ਇੱਥੇ ਸਰਵਾਈਵ ਕਰਨ 'ਚ ਹੈਲਪ ਕਰੂਗੀ ਅਤੇ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਚੈਨਲ 'ਤੇ ਨਿਊ ਆਇਆ ਉਹਨੂੰ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਕਰ ਦਿਓ ਕਮੈਂਟ ਵਿੱਚ ਕੁਸ਼ਚਨ ਪੁੱਛ ਲਿਓ ਅਤੇ ਇੰਸਟਾਗ੍ਰਾਮ 'ਤੇ ਮੈਨੂੰ ਫੋਲੋ ਕਰ ਲਿਓ ਜ਼ਰੂਰ ਤਾਂ ਕਰਦੇ ਅੱਜ ਦੀ ਵੀਡੀਓ ਸਟਾਰਟ ਅਤੇ ਅੱਜ ਦੀ ਵੀਡੀਓ ਹੋ ਗਈ ਆ ਸਟਾਰਟ ਅਤੇ ਮੇਰੀ ਵੀਡੀਓ ਦਾ ਟੋਪਿਕ ਤੁਹਾਨੂੰ ਪਤਾ ਹੀ ਆ ਕਿ ਮੋਟੀਵੇਸ਼ਨ ਫੋਰ ਇੰਟਰਨੈਸ਼ਨਲ ਸਟੂਡੈਂਟਸ ਇਹ ਨਹੀਂ ਆ ਕਿ ਇੰਟਰਨੈਸ਼ਨਲ ਸਟੂਡੈਂਟ ਇਕੱਲੇ ਕੈਨੇਡਾ ਵਾਸਤੇ ਜਿੱਥੇ ਵੀ ਪੂਰੀ ਦੁਨੀਆ ਭਰ 'ਚ ਜਿੱਥੇ ਜਿੱਥੇ ਵੀ ਬੱਚੇ ਸਟੱਡੀ ਕਰਨ ਵਾਸਤੇ ਗਏ ਆ ਇਹ ਵੀਡੀਓ ਉਹਨਾਂ ਵਾਸਤੇ ਵੀ ਜਿਹੜੇ ਇੰਡੀਆ 'ਚ ਬਹਿ ਕੇ ਵੀ ਸਟੱਡੀ ਕਰਦੇ ਪਏ ਆ ਇਕੱਲੇ ਹੋਸਟਲ 'ਚ ਜਾਂ ਕਿਤੇ ਵੀ ਅਤੇ ਉਹਨਾਂ ਵਾਸਤੇ ਵੀ ਵੀਡੀਓ ਹੈਗੀ ਆ ਅਸਲ 'ਚ ਸਾਨੂੰ ਇੱਥੇ ਕੈਨੇਡਾ ਵਿੱਚ ਕੋਈ ਸਾਡਾ ਸਾਥ ਬਹੁਤ ਘੱਟ ਰੇਅਰ ਆ ਕਿ ਕੋਈ ਤੁਹਾਡਾ ਸਾਥ ਦਊਗਾ ਇੱਥੇ ਤੁਹਾਡੇ ਫਰੈਂਡਸ ਉਹ ਵੀ ਇੱਕ ਤਰ੍ਹਾਂ ਦੇ ਸਾਥ ਦਿੰਦੇ ਆ ਬਟ ਜ਼ਿਆਦਾ ਟਾਈਮ ਤੱਕ ਕੋਈ ਨਹੀਂ ਇੱਥੇ ਟਿਕਦਾ ਇੱਥੇ ਆ ਕੇ ਤੁਹਾਨੂੰ ਦੁਨੀਆਦਾਰੀ ਦਾ ਪਤਾ ਲੱਗੂਗਾ ਇੱਥੇ ਆ ਕੇ ਤੁਹਾਨੂੰ ਇਹ ਪਤਾ ਲੱਗੂਗਾ ਕਿਵੇਂ ਕਿਸ ਨਾਲ ਵਰਤਣਾ ਵਾ ਕਿਵੇਂ ਕਿਸ ਨਾਲ ਨਹੀਂ ਵਰਤਣਾ ਕਿੰਨਾ ਕੁ ਕਿਹਨੂੰ ਬਲੋੜਾ ਵਾ ਅਤੇ ਇੱਥੇ ਆ ਕੇ ਜਿਹੜੇ ਨਵੇਂ ਜਿਹੜੇ ਸਟੂਡੈਂਟਸ ਆ ਚਲੋ ਮੈਂ ਆਪਣੇ ਐਕਸਪੀਰੀਅੰਸ ਤੋਂ ਹੀ ਸ਼ੁਰੂ ਕਰਨਾ ਵਾਂ ਮੈਂ ਆਪਣਾ ਐਕਸਪੀਰੀਅੰਸ ਆ ਹੌਲੀ ਹੌਲੀ ਬੰਦਾ ਐਕਸਪੀਰੀਅੰਸ ਸਿੱਖਦਾ ਵਾ ਕਿਸੇ ਦਾ ਐਕਸਪੀਰੀਅੰਸ ਸੁਣਨਾ ਸਾਡੇ ਕੋਲ ਐਕਸਪੀਰੀਅੰਸ ਨਹੀਂ ਆ ਜਾਂਦਾ ਤੁਸੀਂ ਉਹਦੇ ਬੈਠੇ ਉਹਦਾ ਐਕਸਪੀਰੀਅੰਸ ਸੁਣੀ ਜਾਇਓ ਤੁਹਾਡੇ ਤੋਂ ਕੋਈ ਫਰਕ ਨਹੀਂ ਪੈਣਾ ਤਾਂ ਜਿੰਨੇ ਤੱਕ ਤੁਹਾਡੇ 'ਤੇ ਉਹ ਚੀਜ਼ ਬੀਜਦੀ ਨਹੀਂ ਆ ਤਾਂ ਐਕਸਪੀਰੀਅੰਸ ਮੈਂ ਸੁਣਨਾ ਬੈਟਰ ਆ ਬਟ ਟਾਈਮ ਵੇਸਟ ਵੀ ਆ ਮੇਰੇ ਅਕੋਰਡਿੰਗ 'ਤੇ ਅਤੇ ਇੱਥੇ ਚੰਗਾ ਵਾ ਕਿ ਜੋ ਹੁੰਦਾ ਹੋਣ ਦਿਓ ਮੈਂ ਜਦੋਂ ਦਾ ਇੱਥੇ ਆਇਆ ਆਪਣੇ ਸ਼ੁਰੂ 'ਤੇ ਬਹੁਤ ਜ਼ਿਆਦਾ ਕੀ ਕਹਿ ਸਕਦੇ ਹਾਂ ਡੀਮੋਟੀਵੇਟ ਹੋ ਗਿਆ ਸੀ ਅਤੇ ਮੈਨੂੰ ਮੇਰਾ ਦਿਲ ਨਹੀਂ ਲੱਗਦਾ ਸੀ ਜੀ ਕਰਦਾ ਸੀ ਤਾਂ ਭੱਜ ਜਾ ਮੈਂ ਕਿੱਥੇ ਆ ਗਿਆ ਕਿੱਥੇ ਨਹੀਂ ਆ ਗਿਆ ਨਵਾਂ ਨਵਾਂ ਤਾਂ ਬਹੁਤ ਵਧੀਆ ਲੱਗਦਾ ਕਿ ਨਵਾਂ ਦੇਸ਼ ਆ ਨਵੇਂ ਲੋਕ ਆ ਮਿਲਣ 'ਚ ਵਧੀਆ ਲੱਗਦੇ ਆ ਬਟ ਹੌਲੀ ਹੌਲੀ ਟਾਈਮ ਦੇ ਨਾਲ ਜਦੋਂ ਪਤਾ ਲੱਗਦਾ ਕਿ ਹਾਂ ਰੈਂਟ ਵੀ ਦੇਣਾ ਖਰਚੇ ਕਿੱਥੋਂ ਕੱਟਣੇ ਆ ਕੀ ਕਰਨਾ ਫੀਸ ਦੇਣੀ ਆ ਬੱਚੇ ਇੱਥੇ ਸਭ ਤੋਂ ਅੱਗੇ ਫੀਸ ਦੀ ਟੈਨਸ਼ਨ ਪਹਿਲਾਂ ਲੈਣਾ ਸ਼ੁਰੂ ਕਰਦੇ ਕਿ ਫੀਸ ਕਿੱਦਾਂ ਇਕੱਠੀ ਕਰਨੀ ਆ ਤੁਸੀਂ ਆਏ 8-9 ਮਹੀਨੇ ਪਏ ਆ ਸਭ ਕੁਝ ਹੋ ਜੂਗਾ ਫੀਸ ਦੀ ਵੀ ਟਿਪਸ ਦੇ ਦਿੰਦੇ ਆ ਅਤੇ ਸਭ ਤੋਂ ਵੱਡੀ ਮੋਟੀਵੇਸ਼ਨ ਮੈਨੂੰ ਮਿਲੀ ਆ ਇੱਥੋਂ ਗੁਰਦੁਆਰੇ ਤੋਂ ਅਤੇ ਗੁਰਦੁਆਰੇ ਮਿਲੀ ਆ ਬਾਕੀ ਤੋਂ ਵੀ ਮਿਲੀ ਅਤੇ ਸਭ ਤੋਂ ਵੱਡੀ ਮੋਟੀਵੇਸ਼ਨ ਜੇ ਬੰਦਾ ਇੱਥੇ ਸਟਰਗਲ ਕਰਨਾ ਚਾਹੁੰਦਾ ਤਾਂ ਮੋਟੀਵੇਸ਼ਨ ਜ਼ਰੂਰ ਲਿਆ ਕਰੇ ਅਤੇ ਮੋਟੀਵੇਸ਼ਨ ਆਪਾਂ ਕਿੱਦਾਂ ਲੈਣੀ ਆ ਇੱਕ ਦੂਜੇ ਵੱਲ ਵੇਖ ਕੇ ਨਹੀਂ ਲੈਣੀ ਅਤੇ ਨਾ ਕਿ ਗੱਲਾਂ ਸੁਣ ਕੇ ਲੈਣੀ ਕਿ ਸੁਣੀ ਜਾਓ ਅਤੇ ਮੋਟੀਵੇਟ ਹੋ ਗਏ ਇੱਦਾਂ ਨਹੀਂ ਮੋਟੀਵੇਟ ਹੁੰਦਾ ਅਤੇ ਕੁਝ ਪੁਆਇੰਟਸ ਆ ਜਿਹੜੇ ਇੱਥੇ ਆ ਕੇ ਸਟੂਡੈਂਟ ਨੂੰ ਸਟਰਗਲ ਕਰਨ ਵਿੱਚ ਦਿੱਕਤ ਪਾਉਂਦੇ ਆ ਜਦੋਂ ਨਵਾਂ ਨਵਾਂ ਇੱਥੇ ਹੁੰਦਾ ਅਤੇ ਸਟੂਡੈਂਟ ਦੇਖਦੇ ਮੈਂ ਕਿੱਥੇ ਆ ਗਿਆ ਵਾਂ ਕਿਵੇਂ ਆ ਗਿਆ ਕਿਉਂ ਆ ਗਿਆ ਵਾਂ ਦਿਲ ਕਰਦਾ ਭੱਜ ਜਾਈਏ ਜੀ ਆਈ ਸੀ ਖਰਚ ਲਈਏ ਅਤੇ ਟਿਕਟ ਕਟਾ ਲਈਏ ਅਤੇ ਚੱਲ ਜਾਈਏ ਸਾਰਿਆਂ ਦੇ ਦਿਮਾਗ 'ਚ ਹੁੰਦਾ ਮੇਰੇ ਵੀ ਆਇਆ ਸੀ ਫਿਰ ਸੋਚੀਦਾ ਕਿ ਇੰਡੀਆ ਜਾ ਕੇ ਕੀ ਕਰਾਂਗੇ ਹੈ ਨਾ ਅਤੇ ਸਟੂਡੈਂਟ ਨੂੰ ਇਹ ਵੀ ਹੁੰਦੀ ਕਿ ਕੰਮ ਨਹੀਂ ਲੱਭਦਾ ਪਿਆ ਕਿਵੇਂ ਕਰਾਂਗਾ ਇੱਕ ਦੋ ਦਿਨ ਸ਼ਿਫਟ ਲੱਭਣ ਦੀ ਆ ਕਾਲਜ ਕਿਵੇਂ ਮੈਨੇਜ ਕਰੂੰਗਾ ਸਭ ਹੋ ਜਾਂਦਾ ਕਾਲਜ ਵੀ ਮੈਨੇਜ ਹੋ ਜਾਂਦਾ ਕਾਲਜ ਮੈਨੇਜ ਕੀ ਕਰਨਾ ਜਿਹੜੀ ਤੁਸੀਂ ਸਟੱਡੀ ਕਰਨੀ ਉਹਦੇ ਵੱਲ ਧਿਆਨ ਦਿਓ ਅਸਾਈਨਮੈਂਟਸ ਵੱਲ ਧਿਆਨ ਦਿਓ ਅਸਾਈਨਮੈਂਟਸ ਪਾਈ ਜਾਓ ਪਾਸ ਹੋਈ ਜਾਓ ਅਤੇ ਕੰਮ ਦੀ ਗੱਲ ਆ ਅਤੇ ਸਭ ਤੋਂ ਵੱਡੀ ਟੈਨਸ਼ਨ ਸਟੂਡੈਂਟਸ ਨੂੰ ਇਹਦੀ ਫੀਸ ਦੀ ਇਕੱਲਾ ਇੱਕ ਕਾਲਜ ਨਹੀਂ ਸਾਰੇ ਕਾਲਜਾਂ ਵਿੱਚ ਮਿਨੀਮਮ ਤਾਂ 8,000 ਫੀਸ ਹੋਊਗੀ ਇੱਕ ਸਮੈਸਟਰ ਦੀ ਰਾਈਟ ਥਰਡ ਸਮੈਸਟਰ ਜੇ ਤੁਸੀਂ ਫੀਸ ਪੇ ਕਰਨੀ ਆ ਅਤੇ ਤੁਸੀਂ ਇੰਨੀ ਕੁ ਕੋਸ਼ਿਸ਼ ਕਰਨੀ ਆ ਕਿ ਆਪਣੀ GIC ਮੇਨਟੇਨ ਰੱਖਣੀ ਆ ਉਹਦੇ 'ਚੋਂ $1 ਨਹੀਂ ਖਰਚਣ ਦੇਣਾ ਆਪਣੇ ਆਪ ਜਿੰਨੇ ਤੁਸੀਂ ਅੱਗੇ ਮੋਰ ਸੇਵ ਕਰ ਸਕਦੇ ਕਰੋ $1 ਵਿੱਚ ਨਹੀਂ ਖਰਚਣ ਦੇਣਾ ਜੇ ਮੇਰਾ ਦੇਖਿਆ ਜਾਵੇ ਤਾਂ ਨਹੀਂ ਜੇ ਨਹੀਂ ਦਿਲ ਕਰਦੇ ਤਾਂ ਨਾ ਜਾਓ ਕੋਈ ਚੱਕਰ ਨਹੀਂ ਧੱਕੇ ਨਾਲ ਨਹੀਂ ਕੋਈ ਕੰਮ ਕਰਨਾ ਕਈਆਂ ਦੀ ਇੱਥੇ ਕਿਸੇ ਵੱਲ ਦੇਖ ਕੇ ਨਹੀਂ ਕਰਨਾ ਕਿ ਉਹ ਬੰਦਾ ਜ਼ਿਆਦੀਆਂ ਸ਼ਿਫਟਸ ਲਾਉਣ ਦਿਆ ਤਾਂ ਮੈਂ ਵੀ ਜ਼ਿਆਦੀਆਂ ਸ਼ਿਫਟਸ ਲਗਾ ਲਾ ਕਿਉਂਕਿ ਹਰ ਇੱਕ ਦੀ ਸਿਚੁਏਸ਼ਨ ਵੱਖਰੀ ਹਰ ਇੱਕ ਦਾ ਕੀ ਕਹਿੰਦੇ ਆ ਕਿਸਮਤ ਵੱਖਰੀ ਹਰ ਇੱਕ ਦੀ ਲਾਈਫ ਵੱਖਰੀ ਆ ਅਤੇ ਹਰ ਇੱਕ ਦੀ ਬੋਡੀ ਵੱਖਰੀ ਆ ਉਹ ਕਿੰਨਾ ਕੁ ਕੰਮ ਕਰ ਸਕਦਾ ਉਹ 'ਤੇ ਡਿਪੈਂਡ ਕਰਦਾ ਜੇ ਮੈਂ ਹੁਣ ਦੇਖਾਂ ਕਿ ਮੇਰਾ ਫਰੈਂਡ ਹਫ਼ਤਾ ਕੰਮ ਕਰਦਾ ਪਿਆ ਜ਼ਿਆਦਾ ਡੋਲਰ ਕਮਾਉਂਦਿਆ ਉਹਦੀ ਹੁਣ ਵਿਲ ਪਾਵਰ ਆ ਮੇਰੇ ਕੋਲ ਨਹੀਂ ਆ ਮੈਂ ਨਹੀਂ ਇੰਨਾ ਕਰ ਸਕਦਾ ਅਤੇ ਉਹ ਹਫ਼ਤਾ ਕੰਮ ਕਰਕੇ ਵੀ ਖੁਸ਼ ਹਾਂ ਮੈਂ 1-2 ਦਿਨ ਕੰਮ ਕਰਕੇ ਵੀ ਖੁਸ਼ ਹਾਂ ਮੇਰਾ ਖਰਚਾ ਨਿਕਲ ਜਾਂਦਾ ਵਾ ਇੱਥੇ ਆ ਕੇ ਤੁਸੀਂ ਸਮਾਰਟ ਵਰਕ ਵੀ ਕਰਨਾ ਹਾਰਡ ਵਰਕ ਦੇ ਨਾਲ ਨਾਲ ਆਪਣੇ ਆਪ ਨੂੰ ਮੈਨੇਜ ਰੱਖਣ ਕਰਨ ਦੀ ਕੋਸ਼ਿਸ਼ ਕਰਨੀ ਆ ਕਿਸੇ ਦੀਆਂ ਗੱਲਾਂ 'ਚ ਨਹੀਂ ਹੋਣਾ ਅਤੇ ਜੋ ਅਗਲਾ ਕਰਦਾ ਕਰਨ ਦਿਓ ਜੋ ਤੁਹਾਨੂੰ ਸਹੀ ਲੱਗਦਾ ਨਾ ਤੁਸੀਂ ਆਪਣੇ ਮਨ ਨਾਲ ਡਿਸਕਸ ਕਰੋ ਆਪਣੇ ਘਰ ਡਿਸਕਸ ਕਰੋ ਗੁੱਡ ਆ ਅਤੇ ਉਹ ਕਰ ਲਓ ਜੇ ਚੀਜ਼ ਲਿਆਉਂਦਾ ਦਿਲ ਕਰਦਾ ਦੇਖ ਲਓ ਕਿ ਹਾਂ ਮੇਰੇ ਬਾਕੀ ਖਰਚਿਆਂ ਤੋਂ ਇਲਾਵਾ ਕੁਝ ਸੇਵਿੰਗਸ ਹੁੰਦੀ ਅਤੇ ਮੈਂ ਲੈ ਸਕਦਾ ਐਫਰਟ ਕਰ ਸਕਦਾ ਅਤੇ ਜ਼ਰੂਰ ਤੁਸੀਂ ਲਵੋ ਅਤੇ
ਕਾਫੀ ਸਾਰੇ ਖਰਚੇ ਆ ਜਾਂਦੇ। ਕਈ ਬੱਚੇ ਹੁੰਦੇ ਕਦੀ ਕੁਝ ਲੈਂਦੇ ਕੁਝ ਲੈ ਲੈਂਦੇ ਆ, ਇੱਕ ਦੋ ਮਹੀਨੇ ਰੋਕ ਕੇ ਲਓ ਜੋ ਲੈਣਾ ਵਾ, ਜੇ ਤੁਹਾਨੂੰ ਲੱਗਦਾ ਕਿ ਹਾਂ ਮੈਂ ਲੈ ਸਕਦਾ ਵਾਂ, ਐਡੀ ਕੋਈ ਗੱਲ ਨਹੀਂ ਇੱਥੇ ਲੈਣੀ ਕੋਈ ਚੀਜ਼। ਅਤੇ ਮੋਟੀਵੇਸ਼ਨ ਵਿੱਚ ਹੋਰ ਮੈਂ ਤੁਹਾਨੂੰ ਦੱਸਾਂ ਕਿ ਜੇ ਕਦੀ ਕਦੀ ਇੱਥੇ ਸ਼ੁਰੂਆਤੀ ਦਿਨਾਂ 'ਚ ਜਿਹੜੇ ਜ਼ਿਆਦਾਤਰ ਵਾ ਜਿਹੜੇ ਬੱਚੇ ਸਟੂਡੈਂਟਸ ਹੁੰਦੇ ਆ ਉਹ ਇੱਕ ਆਪਣੇ ਕਮਰੇ 'ਚ ਬੰਦ ਹੀ ਰਹਿੰਦੇ ਆ, ਬਾਹਰ ਨਹੀਂ ਨਿਕਲਦੇ। ਹੈ ਨਾ, ਦਿਲ ਕਰਦਾ ਕਿੱਥੇ ਜਾਵਾਂ, ਕਿਉਂਕਿ ਇੱਥੇ ਜਿਹੜੇ ਸ਼ੁਰੂ 'ਤੇ ਜੇ ਤੁਸੀਂ ਆਪਣੇ ਰਿਲੇਟਿਵ ਕੋ ਆਏ, ਆਪਣੇ ਭੈਣ ਭਰਾ ਕਦਮ ਕੁਸਮ ਜਿਹੜੇ ਕੋ ਵੀ ਆਏ ਆ, ਉਹ ਤੁਹਾਨੂੰ ਥੋੜ੍ਹਾ ਬਹੁਤਾ ਘੁਮਾ ਦੇਣਗੇ, ਦਿਲ ਖੁਸ਼ ਕਰ ਦੇਣਗੇ, ਦਿਲ ਖੁਸ਼ ਵੀ ਹੋਜੂਗਾ। ਬਾਅਦ ਵਿੱਚ ਤੁਹਾਨੂੰ ਕਮਰੇ 'ਚ ਹੀ ਹੋਣਾ, ਕਿਉਂਕਿ ਆਪਣੀ ਲਾਈਫ 'ਚ ਉਹਨਾਂ ਨੇ ਬਿਜ਼ੀ ਹੋਣਾ, ਤੁਸੀਂ ਕਮਰੇ 'ਚ ਹੀ ਬਹਿਣਾ ਜ਼ਿਆਦਾ ਟਾਈਮ, ਤਾਂ ਪਹਿਲੇ 2-3 ਹਫ਼ਤੇ ਉਹੀ ਟਾਈਮ ਜਿਹੜਾ ਲੰਘਾਉਣਾ ਔਖਾ 1-2 ਮਹੀਨਾ ਹੀ। ਅਤੇ ਉਸ ਟਾਈਮ ਵਿੱਚ ਜੇ ਤੁਸੀਂ ਕਮਰੇ 'ਚ ਇਕੱਲੇ ਬੰਦ ਵਾ ਅਤੇ ਕਮਰੇ 'ਚ ਨਾ ਬੰਦ ਰਹੋ, ਬਾਹਰ ਨਿਕਲਿਓ, ਬਾਹਰ ਨਿਕਲ ਕੇ ਹਵਾ ਪਾਣੀ ਤਾਜ਼ੇ ਤੁਸੀਂ ਵੇਖੋ, ਆਪਣਾ ਕੈਨੇਡਾ ਐਕਸਪਲੋਰ ਕਰੋ, ਗਲੀਆਂ ਗਲੀਆਂ ਸਟੇਟਸ ਐਕਸਪਲੋਰ ਕਰੋ, ਦੇਖੋ, ਅਤੇ ਥੋੜ੍ਹਾ ਤੁਹਾਡਾ ਮਨ ਸ਼ਾਂਤ ਹੋਊਗਾ। ਮੈਂ ਵੀ ਹੁਣ ਵੀ ਹੋਣ ਦੇ ਟਾਈਮ ਵਿੱਚ ਵੀ ਜਿਵੇਂ ਘਰ ਬੈਠਾ ਰਹਾਂ ਅਤੇ ਮੇਰਾ ਦਿਮਾਗ ਵੀ ਹੋ ਜਾਂਦਾ ਪੂਰਾ। ਤਾਂ ਮੇਕ ਸ਼ੋਰ ਕਿ ਤੁਸੀਂ ਬਾਹਰ ਜਾਣਾ ਵਾ, ਬਾਹਰ ਜਾ ਕੇ ਆ ਕਿੱਡਾ ਸੋਹਣਾ ਨੇਚਰ ਵੇਖੋ, ਕਿੱਡਾ ਵਧੀਆ ਗਾਰਡਨ ਆ। ਅਤੇ ਜੇ ਤੁਹਾਡੇ ਕੋਲ ਫਰੀ ਟਾਈਮ ਹੈਗਾ, ਅਸਾਈਨਮੈਂਟ ਨਹੀਂ ਕੋਈ ਹੈਗੀ, ਕੰਮ ਵੀ ਨਹੀਂ ਹੈਗਾ, ਅਤੇ ਐਕਸਟਰਾ ਟਾਈਮ ਵਿੱਚ ਤੁਸੀਂ ਐਕਸਟਰਾ ਵਰਕ ਕਰ ਸਕਦੇ, ਐਕਸਟਰਾ ਐਕਟੀਵਿਟੀ ਕਰ ਸਕਦੇ, ਜੇ ਅਤੇ ਉਹ ਚੀਜ਼ ਤੁਹਾਨੂੰ ਪਸੰਦ ਉਹ ਕਰ ਸਕਦੇ ਆ। ਜੇ ਤੁਹਾਡਾ ਗਾਣੇ ਸੁਣਨ ਦਾ ਮਨ, ਗਾਣੇ ਸੁਣੋ, ਮੂਵੀ ਦੇਖਣ ਦਾ ਮਨ, ਮੂਵੀ ਦੇਖੋ, ਇਹ ਕਰਨ ਦਾ ਮਨ, ਉਹ ਕਰਨ ਦਾ ਮਨ, ਜੋ ਮਨ ਉਹ ਕਰੋ, ਅਤੇ ਆਪਣੀ ਐਕਸਟਰਾ ਸਕਿੱਲਸ ਨੂੰ ਪੋਲਿਸ਼ ਕਰੋ, ਜੋ ਕਿ ਤੁਹਾਡੀਆਂ ਸਕਿੱਲਸ ਤੋਂ ਵੀ ਕੰਮ ਲੱਭਣਾ ਸ਼ੁਰੂ ਕਰ ਦਿਉ। ਇੱਥੇ ਇਕੱਲਾ ਫੈਕਟਰੀਆਂ ਟਿਮ ਟੂਮ ਇੱਦਾਂ ਦੀ ਚੀਜ਼ਾਂ ਤੋਂ ਇਲਾਵਾ ਵੀ ਆਪਾਂ ਐਕਸਟਰਾ ਕੰਮ ਕਰ ਸਕਦੇ, ਜੋ ਤੁਹਾਨੂੰ ਸਕਿੱਲ ਹੁੰਦਾ ਉਹਦੇ ਰਿਲੇਟਡ ਕੰਮ ਕਰੋ, ਜੋ ਤੁਹਾਨੂੰ ਚੀਜ਼ ਹੁੰਦੀ ਉਹਦੇ ਰਿਲੇਟਡ ਕੰਮ ਕਰੋ। ਇੱਥੇ ਖਜੀਜੀ ਐਪ ਹੁੰਦਾ, ਉੱਥੇ ਖਜੀਜੀ ਐਪ 'ਚ ਆਪਣੇ ਜੋ ਤੁਸੀਂ ਜੋ ਪ੍ਰੋਵਾਈਡ ਕਰ ਸਕਦੇ ਹੋ ਸਰਵਿਸ, ਉਹ ਪ੍ਰੋਵਾਈਡ ਉੱਥੇ ਜਾ ਕੇ ਪੂਰਾ ਸੁੱਟੋ, ਪਾਓ, ਫਿਲ ਆਊਟ ਕਰੋ, ਅਤੇ ਫਿਰ ਤੁਸੀਂ ਉਹ ਕੰਮ ਨੂੰ ਜਿੰਨਾ ਰੇਟ ਰੂਟ ਹੈਗਾ ਜੋ ਵੀ ਚੱਕਰ ਆ ਪਾਓ, ਤੁਹਾਨੂੰ ਲੋਕ ਕੰਟੈਕਟ ਕਰਨਗੇ, ਤੁਸੀਂ ਕੰਮ ਕਰੋ, ਐਕਸਚਾਰਨਿੰਗ ਕਰੋ, ਸਮਾਰਟ ਵਰਕ ਕਰੋ। ਅਤੇ ਇੱਥੇ ਤੁਹਾਨੂੰ ਸਭ ਤੋਂ ਵੱਧ ਨੈਗੇਟਿਵਿਟੀ ਮਿਲੂਗੀ, ਆਊਗੀ ਆਟੋਮੈਟਿਕਲੀ। ਜੇ ਤੁਸੀਂ ਨੈਗੇਟਿਵ ਹੀ ਰਹੋਗੇ, ਦਿਮਾਗ ਨੈਗੇਟਿਵ ਰੱਖੋਗੇ, ਆਪਣਾ ਬ੍ਰੇਨ ਕਿ ਮੈਂ ਕਿੱਦਾਂ ਕਰੂੰਗਾ, ਇੱਕ ਵਰਡ ਕੱਢ ਦੇਣਾ, ਮੈਂ ਕਿੱਦਾਂ ਕਰੂੰਗਾ, ਇਹ ਨਹੀਂ ਸੋਚਣਾ ਮੈਂ ਕਿਵੇਂ ਕਰੂੰਗਾ, ਇਹ ਸੋਚਣਾ ਮੈਂ ਉਸ ਚੀਜ਼ ਨੂੰ ਕਿਵੇਂ ਕਰ ਸਕਦਾ ਵਾਂ, ਕਿੱਦਾਂ ਨਹੀਂ ਕਿਵੇਂ ਕਰ ਸਕਦਾ ਵਾਂ, ਕਿਉਂਕਿ ਅ ਨੈਗੇਟਿਵ ਮਾਈਂਡ ਨੈਵਰ ਗਿਵ ਯੂ ਆ ਪੋਜ਼ੀਟਿਵ ਲਾਈਫ। ਆ ਜਿਹੜਾ ਨੈਗੇਟਿਵ ਮਾਈਂਡ ਆ ਤੁਹਾਨੂੰ ਕਦੀ ਵੀ ਪੋਜ਼ੀਟਿਵ ਲਾਈਫ ਨਹੀਂ ਦਊਗਾ। ਤੁਸੀਂ ਆਪਣੇ ਦਿਮਾਗ ਨੂੰ ਪੋਜ਼ੀਟਿਵ ਬਣਾਉਣਾ, ਪੋਜ਼ੀਟਿਵ ਵਾਈਬਸ ਕ੍ਰੀਏਟ ਕਰਨੀ ਹੈ। ਜੇ ਤੁਹਾਨੂੰ ਕਿਸੇ ਅਗਲੇ ਬੰਦੇ ਕੋਲ ਨੈਗੇਟਿਵ ਵਾਈਬਸ ਆ ਰਹੀਆਂ ਤਾਂ ਉੱਥੋਂ ਚੁੱਪ ਕਰਕੇ ਦੂਰ ਹੋ ਜਾਓ, ਭਾਵੇਂ ਸਗਾ ਫਰੈਂਡ ਹੀ ਨਾ ਹੋਵੇ, ਠੀਕ ਆ, ਕਿਸੇ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ, ਅਗਲਾ ਜਾਂਦਾ ਜਾਵੇ, ਜਿੱਥੇ ਜਾਣਾ ਜਾਵੇ, ਕੋਈ ਟੈਨਸ਼ਨ ਨਹੀਂ ਲੈਣ ਦੀ ਲੋੜ, ਜੇ ਤੁਹਾਨੂੰ ਜਿਹੜੀ ਚੀਜ਼ ਸਹੀ ਲੱਗਦੀ ਆ ਉਹ ਕਰੋ। ਇੱਥੇ ਮੈਨੂੰ ਕਹਿੰਦੇ ਕਿ ਟੈਨਸ਼ਨਸ, ਇੱਥੇ ਹਰ ਇੱਕ ਦੀ ਸਟੋਰੀ ਵੱਖਰੀ ਵੱਖਰੀ ਆ, ਜੇ ਮੇਰੀ ਸਟੋਰੀ ਦੇਖੀ ਜਾਵੇ ਮੇਰੀ ਸਟੋਰੀ ਵੱਖਰੀ ਆ, ਜੇ ਮੇਰੇ ਫਰੈਂਡ ਦੀ ਦੇਖੀ ਜਾਵੇ ਉਹਦੀ ਸਟੋਰੀ ਵੱਖਰੀ ਆ, ਹਰ ਇੱਕ ਦੀ ਸਟਰਗਲ ਵੱਖਰੀ ਆ, ਹਰ ਇੱਕ ਦੀ ਸਟਰਗਲ ਸੌਖੀ ਵੀ ਆ, ਕਈਆਂ ਦੀ ਡਿਫੀਕਲਟ ਵੀ ਆ, ਅਤੇ ਕਿਸੇ ਦੀ ਲਾਈਫ ਨਾਲ ਕੰਪੇਅਰ ਕਰਨ ਦੀ ਕੋਈ ਲੋੜ ਨਹੀਂ ਆ। ਇੱਕ ਅੱਧਾ ਦਿਨ ਗੁਰਦੁਆਰੇ ਵੀ ਆ ਜਾਇਆ ਕਰੋ, ਜੇ ਟਾਈਮ ਕੱਢ ਕੇ, ਜਿਹੜੇ ਸ਼ਿਫਟ 'ਚ ਜ਼ਿਆਦਾ ਬਿਜ਼ੀ ਹੁੰਦੇ ਆ, ਅਤੇ ਗੁਰੂ ਘਰ ਵੀ ਆਇਆ ਕਰੋ, ਅਤੇ ਗੁਰੂ ਘਰ ਆ ਕੇ ਵੀ ਥੋੜ੍ਹੇ ਪੋਜ਼ੀਟਿਵ, ਮੀਨਸ ਕਿ ਤੁਹਾਨੂੰ ਪੋਜ਼ੀਟਿਵ ਵਾਈਬਸ ਕ੍ਰੀਏਟ ਕਰਨੀ ਆ। ਪੋਜ਼ੀਟਿਵ ਵਾਈਬ ਜੇ ਤੁਸੀਂ ਖੁਦ ਕ੍ਰੀਏਟ ਕਰੋਗੇ ਤਾਂ ਬੈਟਰ ਆ, ਕਿਤੇ ਮਿਲਦੀਆਂ ਤਾਂ ਬਹੁਤ ਜ਼ਿਆਦਾ ਬੈਟਰ ਆ। ਅਤੇ ਪੋਜ਼ੀਟਿਵ ਵਾਈਬਸ ਕ੍ਰੀਏਟ ਕਰੋਗੇ ਤਾਂ ਹੀ ਤੁਸੀਂ ਪੋਜ਼ੀਟਿਵ ਰਹੋਗੇ, ਤਾਂ ਹੀ ਤੁਸੀਂ ਵਧੀਆ ਕੰਮ ਕਰ ਸਕੋਗੇ। ਅਤੇ ਜੇ ਗੱਲ ਕਰੀਏ ਸ਼ਿਫਟਾਂ ਦੀ ਕੋਈ ਗੱਲ ਨਹੀਂ, ਕਦੇ ਕਦੇ ਨਹੀਂ ਮਿਲਦੀਆਂ, ਕਈਆਂ ਨੂੰ ਮਹੀਨਾ 2 ਮਹੀਨਾ ਕਈ ਆਉਂਦੇ ਕੰਮ ਕਰਨ ਲੱਗ ਪੈਂਦੇ, ਕਿਉਂਕਿ ਉਹਨਾਂ ਕੋਲ ਰੈਫਰੈਂਸ ਹੁੰਦੀਆਂ ਵਾ। ਅਤੇ ਜਿੰਨਾ ਕੁ ਤੁਸੀਂ ਕੰਮ ਕਰ ਸਕਦੇ ਕਰੋ, ਆਪਣਾ ਬਸ ਇੰਨਾ ਕੁ ਰੱਖਿਓ ਦਿਮਾਗ 'ਚ ਕਿ ਸਟੂਡੈਂਟ ਲਾਈਫ ਵਿੱਚ ਆਪਾਂ ਮਹਿਲ ਮਨਾਰੇ ਨਹੀਂ ਇਕੱਠੇ ਕਰਦੇ ਨਹੀਂ, ਆਪਾਂ ਇਹ ਲਾਈਫ ਜਿਹੜੀ ਆ ਆਪਣੇ ਆਪ ਨੂੰ ਇੱਕ ਕਹਿ ਸਕਦੇ ਸਟੂਡੈਂਟ ਇਕੱਲਾ ਸਿੱਖ ਦਾ ਨਹੀਂ ਆ, ਇਕੱਲੀ ਜ਼ਿੰਦਗੀ ਵੀ ਆਪਾਂ ਸਿੱਖਣੀ, ਇਕੱਲੀ ਪੜ੍ਹਾਈਆਂ 'ਚ ਨਹੀਂ ਕੁਛ ਸਿੱਖਣਾ। ਇਹਦੇ ਵਿੱਚ ਤੁਸੀਂ ਲੋਕਾਂ ਨੂੰ ਦੇਖੋ, ਪਰਖੋ, ਗਾੜੀ ਦੋ ਸਾਲ ਇੱਦਾਂ ਪਰਖੋ ਪੁਰਖੋ, ਕੋਈ ਚੱਕਰ ਨਹੀਂ ਹੈ। ਇੱਕ ਅੱਗੇ ਵੀ ਆਪਾਂ ਜ਼ਿੰਦਗੀ ਦੇ ਕਿੰਨੇ ਸਾਲ ਗੱਲ ਕੇ ਆਏ ਹਾਂ, 10 ਸਾਲ ਤਾਂ ਇੰਡੀਆ ਗੱਲ ਆਏ ਹਾਂ ਸਟੱਡੀ 'ਚ, ਕੁਝ ਕੀਤਾ ਉੱਥੇ, ਇੱਥੇ ਆ ਕੇ 1-2 ਸਾਲ ਆਪਾਂ ਹੋਰ ਗੱਲ ਲਾਂਗੇ, ਮਤਲਬ ਗੱਲ ਦਾ ਸੈਂਸ ਕਿ ਕੁਝ ਸਿੱਖ ਲਾਂਗੇ ਦੁਨੀਆਦਾਰੀ ਨੂੰ, ਤਾਂ ਮੱਚ ਬੈਟਰ ਆ। ਅਤੇ ਸਿੱਖੋ, ਦੇਖੋ ਕਿਵੇਂ ਕਿਵੇਂ ਲੋਕ ਚੱਲਦੇ, ਅਤੇ ਉਸ ਹਿਸਾਬ ਨਾਲ ਚੱਲਣਾ ਸ਼ੁਰੂ ਕਰੋ। ਅਤੇ ਜੇ ਤੁਹਾਨੂੰ ਇੱਕ ਚੀਜ਼ ਆ, ਕਦੀ ਸਾਨੂੰ ਕੋਈ ਕਦੀ ਨਾ ਕਦੀ ਕੋਈ ਚੀਜ਼ ਪਿੱਛੇ ਨੂੰ ਖਿੱਚਦੀ ਆ, ਹੈ ਨਾ, ਜੇ ਤੁਹਾਨੂੰ ਲੱਗਦਾ ਕਿ ਮੈਂ ਆਹ ਕੰਮ ਕਰ ਰਿਹਾ ਅਤੇ ਉਹ ਚੀਜ਼ ਮੈਨੂੰ ਖਿੱਚਦੀ ਆ, ਤਾਂ ਉਹ ਜਿਹੜੀ ਚੀਜ਼ ਖਿੱਚਦੀ ਆ ਜਾਂ ਤਾਂ ਉਹ ਚੀਜ਼ ਨੂੰ ਸਮਝਾ ਦਿਉ, ਠੀਕ ਆ, ਕਿ ਮੈਂ ਆਹ ਕੰਮ ਕਰ ਰਿਹਾ ਅਤੇ ਮੈਨੂੰ ਖਿੱਚੋ ਨਾ, ਅਤੇ ਨਹੀਂ ਤਾਂ ਉਹਨੂੰ ਛੱਡ ਦਿਉ, ਦੋ ਹੀ ਚੀਜ਼ਾਂ ਵਾ। ਅਤੇ ਸਪੋਰਟ ਦੀ ਗੱਲ ਕਰੀਏ, ਸਪੋਰਟ ਤਾਂ ਸਾਰੇ ਕਹਿ ਦੇਣਗੇ ਹੈ ਕੋਈ ਡਰ ਨਾ, ਅਸੀਂ ਤੁਹਾਡੇ ਨਾਲ ਹਾਂ, ਕਹਿੰਦੇ ਨਹੀਂ ਉੱਤੋਂ ਉੱਤੋਂ ਸਾਰੇ ਦਿਖਾਉਂਦੇ ਆ, ਅਤੇ ਅੰਦਰ ਅੰਦਰ ਕੋਈ ਨਹੀਂ ਹੁੰਦਾ, ਅੰਦਰੋਂ ਅੰਦਰੋਂ ਕਹਿੰਦੇ, ਉੱਪਰੋਂ ਉੱਪਰੋਂ ਕਹਿ ਦਈਦਾ ਯਾਰ ਮੈਂ ਤੁਹਾਡੇ ਨਾਲ ਹਾਂ, ਇਹ ਆਓ ਆਹ, ਉਹ ਵੱਖਰੀ ਚੀਜ਼ਾਂ ਉਹਨਾਂ ਦੀ ਕੋਈ ਟੈਨਸ਼ਨ ਨਹੀਂ, ਆਪਣੇ ਆਪ 'ਤੇ ਵਿਸ਼ਵਾਸ ਰੱਖੋ, ਜੋ ਆਪਣੇ 'ਤੇ ਵਿਸ਼ਵਾਸ ਹੁੰਦਾ ਨਾ ਉਹ ਆਪਣੇ 'ਤੇ ਹੀ ਹੁੰਦਾ ਵਾ। ਇੱਕ ਤੁਹਾਡੇ ਨਾਲ ਦੋ ਜਣੇ ਹਮੇਸ਼ਾ ਨਾਲ ਰਹਿਣਗੇ, ਇੱਕ ਆਪਣਾ ਵਿਸ਼ਵਾਸ ਅਤੇ ਤੁਹਾਡਾ ਪਰਛਾਵਾਂ, ਇਹ ਦੋ ਜਣੇ ਹਮੇਸ਼ਾ ਤੁਹਾਡੇ ਨਾਲ ਰਹਿੰਦੇ ਆ, ਜਿੰਨਾ ਮਰਜ਼ੀ
अपने आप कि धोखा दे लोगे सू पता मैं चीज़ नहीं कर सकता नहीं कर सकता चीज़ कर सकता तो कर सकता बट जो तीन कोई शिफ्ट जा रहे हैं ये अक्सर काफ़ी जने का माइंड सैट इदा हों असल जो दुनिया के लोग क्यों नहीं अगे वध पाते काफ़ी वो यार निक्किया निक्किया चीज़ा दियाँ टेंशन लैन लग पेंदे टेंशन नहीं कह सकते गल फड़ के बैठते बेफालतू गलों जिमें कि कोई स्टूडेंट लाइफ ला लो अपनी स्कूल लाइफ इंडिया जो भी सी जे कोई उत्थे किसी ना गल करते पे कोई इशू हो गया तो इशू में लैके नहीं यार उन्हें मैंने इदा कहा तो मेरी बेइज्जती हो गई मेरा फलाना हो गया ढिंगा हो गया स्टूडेंट स्कूल लाइफ स्कूल चल गई आ अगर कॉलेज लाइफ से तुम्हें कहते कुछ कहता वा ठीक आ कहता तो इग्नोर मारो यार कहता तो कहता तो हाँ घट चलिया जो अगला बंदा वो इलॉन मस्क जिन्हें उन्हें कहता वा मीडिया की खबर चल जानी हो जाना वा जान जिते मर्जी साढ़े कोई चक्कर नहीं है कि जिन्हें जो कहता कहता कि गलों का अपने दिल नहीं लाइनी ठीक है अपने आप से मस्त रहना वा जो अगला बंदा तुम्हें नहीं बुला ना बुलावे जो ज़्यादा ही इंपोर्टेंट तो फिर तुम जाके बुला लो तो यही मैटर करता कि तुम अगले बंद ने नाल ही तुम फिर ही कुछ मिलेगा जो ते कोई बंदा खास आ ठीक है खास आदा करो बट जो तुम लगन लग पे ना कि खास बंदा थोड़े ना कि कहते नीवा तू करना शुरू करता चुप करके उन्हें छट दो ठीक है एंड जिंदगी से दूजा नाम ही स्ट्रगल है जो तुम स्ट्रगल नहीं करोगे तो जिंदगी कितना हासिल कर लोगे अपनी सक्सैस कितना हासिल करोगे इतने आगे अपना एक गोल सैट करो एको गोल सैट करो ये नहीं पता कि गोल तुम कल ही मिल जाए कि गोल पता तुम 10 साल बाद मिल जाए मिलना जरूर आ तो कला शिफ्टा ना नहीं गोल मिलता शिफ्टा सिर्फ पैसे मिलते हैं जरा ठीक है पैसों वाल ध्यान एक गल आ कि बंद को पैसे आते बंद की चढ़ाई आ बंद लोग सलाम ठोकते नहीं साढ़े को कुछ आएगा तो फिर सू कुछ नहीं समझते ये लोगों की सोच अपनी सोच इतनी रखनी अपनी सोच उत्थे लैके जानी है तो सोच न बधाओ शिफ्टा तक ना दो पैसे तक नहीं आप सोचना पैसे आ जाते एड्डी कोई गल नहीं है अपने गोल सैट करो स्टूडेंट लाइफ आप पढ़ाई लिखाई तो अलावा भी कुछ सीखना वा वो सीखो तो अपने जो कहते अपना जो थोड़ा दिल नहीं लगन दिया तो मैं फोन ला लो मैं दिल ला दूंगा इंस्टाग्राम से मैं मैसेज कर लिया करो जो इसकी सास सुर मैं इदा नहीं है कि झूठे जलास जो मैं कर सकता मैं जरूर हेल्प करता नहीं कर सकता तो मैं तुम्हें कह दिया नहीं भाजी नहीं होना है ना मैं मैसेज करो जोड़े भी जाने इतने रेंदे तो नहीं ता दिल लगता मैं ला ला दूंगा मैं तो आपने पहला लगे बड़ी मुश्किल पर मैं सेगियाँ गल् रहना हूँ कोई फर्क नहीं पैना जिन्हें जाना जिन्हें आना आओ जिन्हें जाना जाओ कला रहने की आदत पाओ मैं किमें अपना 10 साल एक्सपीरियंस मैं किमें रेंदा हूँ सी जो मैं न्यू आया बड़ा रोना ही मैं नहीं इतने रहना है ना शिफ्ट तो होना रोन लग पा कोई कि नवा ही कभी इंडिया कुछ कितना नहीं मैं दिल लाने वास्ते शिफ्ट तो नहीं कॉलेज तो आके मेरे घर के सामने पार्क आ पार्क चल जाना उ नॉर्मली तू आम ही इतने बजुर्ग है ना अंकल आंटियाँ मिल जानी मैं जाके अंकलों के नाल टोलिया बह जाना उन्होंने गल्ल कर एक्सपीरियंस सीखना लैना उन्होंने गल्लां बातें करनी इदा मेरे एक दो घंटे तो ही स्पेंड हो जाते बड़ा वधिया लगता है फिर घर आना फिर उदा दे मैं बन जाना मूड सैड होना तो बट हौली हौली कर करके मैं पार्क पता नहीं किदा गया हूँ हौली हौली करके दिल लगना शुरू हो जाता वा हूँ भी मैं गुरुद्वारा साहब मैं तो मुंडे की वेट कर रहा तो मैं इधर पार्क जाके मैं सोचा तो गल शेयर करता तो मोटीवेशन ही सब तो वड्डी चीज़ आ कि डरन की लोड़ नहीं हर एक जो टाइम आता वा तो हर एक तो टाइम लंघ जाता वा आप बस मान लो कि तुम मैं फॉर एग्जाम्पल करके दसदा वा मान लो कि आ जो तीन चीज़ा आ कैनेडा का लाइफ सैकल आ है ना स्ट्रगल का लाइफ सैकल आज इंडिया तो इतने आ गए तुम पहले आए चलो मैं पहला आया वा ठीक हाँ मैं इतने आया वा तो आई जगह तो मैं मेरे तो पहला होर भी जाने लंघे आ है स्ट्रगल पॉइंट स्टार्ट हों नि फिर उस तो बाद मैं इतों तक पहुँच गया फिर मैं उतों तक पहुँचूंगा जोड़ा कि पूरा दरख्त बन जूगा है ना ठीक है तो इतने मैं इतों भी मैं लंघ चुका इतों मैं लंघ चुका इतों मैं लंघ चुका हूँ जोड़े बाकी अपकमिंग जो स्टूडेंट्स आ रहे वो भी इतने आगे पहले लंघन गए फिर जाएंगे जाएंगे मतलब कि इदा लाइफ सैकल सारे का सेम रहा कोई डिफरेंस नहीं है स्टार्टिंग किसी का दिल नहीं लगता स्टार्टिंग सारे दिल उदा उदा ही होंगे कि नहीं इदा जो भी तुम दसिया गल् वापस जाने दिल कर लग पा इंडिया जा टाइम बाद नहीं जी करता जाता तो काफ़ी जाने को सुनो कि नहीं यार मेरा नहीं लगा सुनिया होना कि नहीं मैं नहीं इंडिया जाना मेरा इंडिया जाके दिल नहीं लगना कितने लगना वा तो मैं भी यही सोचता कि यार मेरा नहीं मैं हमने जाना चाहता मेरा लग जाना वा बट जड़ी थिंकिंग चेंज हो जाती है तो आ लोकेशन पर आया करो मैं तो अब तक दसा कैनेडा कद घूमन नहीं गया तो भी इदा कल रहना सीखो सब तो वड्डी चीज़ कला रहना सीखो क्योंकि आप कि छत्र शहर में पलोंगे तो बहुत ज्यादा पाबंदियां बहुत ज्यादा रिस्ट्रिक्शन पैदा हो जाए वा तो जे कोई चीज़ आप करनी वा तो अगले बंद आप पुछ ही लें यार इदा जर इदा फिर अगला बंद कभी कभी हों चंगा तो वो ठीक है दस दूगा सही गाइडेंस दे दूगा बट अगला बंदा जे होया तो सड़न वाला फिर तुम तो कहते डिसमोटिवेट ही करेगा तो
अपने आप ना रहना सीखो, क्योंकि तुहाडे ते कोई रिस्ट्रिक्शन नहीं हुंदी कोई। जे तुसीं कल्ला च रहोगे, जे कल्ले रहोगे ते फिर तुहाडा दिल करना कि जो दिल करदा करोगे, अपने दिल दी सुनिया करो, ठीक है, अपनी दिल दी मन्निया करो ते मोटीवेट रहो। वीडियो के एंड में मैं तुहानू यही कहना चाहुंदा कि जे मेरी वीडियो पसंद आई लाइक कमेंट शेयर कर दिओ ते चैनल नू प्लीज सबसक्राइब कर दिओ। तो मिलते हैं नैक्सट वीडियो।